ਚੋਣਾਂ ਤੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ 4 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਅਤੇ ਇਹਨਾਂ ਬਦਮਾਸ਼ਾਂ ਦੇ ਕੋਲ ਤੋਂ ਪੁਲਿਸ ਨੇ 3 ਦੇਸੀ ਪਿਸਟਲ 32 ਬੋਰ ਸਮੇਤ 8 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਇਸ ਤੋਂ ਇਲਾਵਾ ਬਦਮਾਸ਼ਾਂ ਦੇ ਕੋਲ ਤੋਂ 1 ਕਿਰਪਾਨ ਵੀ ਬਰਾਮਦ ਕੀਤੀ ਗਈ ਇਹਨਾਂ ਬਦਮਾਸ਼ਾਂ ਨੂੰ ਸੰਗਰੂਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਹੈ ਜੋ ਝਾੜੀਆਂ ਦੇ ਵਿੱਚ ਲੁਕੇ ਹੋਏ ਸਨ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚਾਰੋਂ ਬਦਮਾਸ਼ ਸੰਗਰੂਰ ਦੇ ਵਿੱਚ ਕਿਸੇ ਘਰ ਦੇ ਵਿੱਚ ਡਕੈਤੀ ਕਰਨ ਦੀ ਪੂਰੀ ਪਲੈਨਿੰਗ ਕਰ ਰਹੇ ਸਨ ਅਤੇ ਡਕੈਤੀ ਕਰ ਵੀ ਦੇਣੀ ਸੀ ਪਰ ਪੁਲਿਸ ਵੱਲੋਂ ਇਹਨਾਂ ਨੂੰ ਘੇਰਾ ਪਾ ਕੇ ਫੜ ਲਿਆ ਗਿਆ ਫਿਲਹਾਲ ਪੁਲਿਸ ਨੇ ਇਹਨਾਂ ਚਾਰੋਂ ਬਦਮਾਸ਼ਾਂ ਨੂੰ ਕਾਬੂ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਨੇ ਜਿਵੇਂ ਕਿ ਸੰਗਰੂਰ ਪੁਲਿਸ ਤਿਉਹਾਰਾਂ ਦੇ ਮੱਦੇਨਜ਼ਰ ਅਤੇ ਆਉਣ ਵਾਲੇ ਆਗਾਮੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਹੁਤ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਉਸ ਹੀ ਲੜੀ ਦੇ ਵਿੱਚ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਜਿਸ ਦੇ ਤਹਿਤ ਸਾਨੂੰ ਪਤਾ ਚੱਲਿਆ ਕਿ ਕੁਝ ਮਾੜੇ ਅਨਸਰ ਮਾਰੂ ਹਥਿਆਰਾਂ ਦੇ ਨਾਲ ਇਸ ਜ਼ਿਲ੍ਹੇ ਦੇ ਵਿੱਚ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨ ਕਰ ਰਹੇ ਨੇ ਉਸ ਹੀ ਇਨਫੋਰਮੇਸ਼ਨ ਰਿਸੀਵ ਹੋਣ 'ਤੇ ਉਸ ਨੂੰ ਡਿਵੈਲਪ ਕੀਤਾ ਗਿਆ ਸਾਡੀ ਟੀਮ ਵੱਲੋਂ ਬੜੇ ਮਿਹਨਤ ਨਾਲ ਖਾਸ ਕਰਕੇ ਸਾਡੇ SPD DSPD ਅਤੇ ਇੰਚਾਰਜ CIE ਦੇ ਵੱਲੋਂ ਇਸ 'ਤੇ ਅੰਤ ਤੱਕ ਮਿਹਨਤ ਕਰਕੇ ਅਤੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ 3 ਪਿਸਤੌਲ ਲਾਈਵ ਕਾਰਟ੍ਰਿਜਸ ਅਤੇ ਕਿਰਪਾਨ ਵੀ ਬਰਾਮਦ ਕੀਤੀ ਗਈ ਇਹ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਉਹ ਉਸ ਵਿੱਚ ਇਹ ਸਫਲ ਨਹੀਂ ਹੋ ਪਾਏ ਇਸ ਤੋਂ ਅੱਗੇ ਜੋ ਇਹਨਾਂ ਦੇ ਹੋਰ ਕੋਈ ਸਾਥੀ ਨੇ ਜੋ ਇਹ ਕਿੱਥੋਂ ਵੈਪਨ ਲੈ ਕੇ ਆਏ ਅਤੇ ਇਸ ਤਫਤੀਸ਼ ਵਿੱਚ ਹੋਰ ਕਿਹੜੇ ਕਿਹੜੇ ਤੱਤ ਸਾਹਮਣੇ ਆਉਣੇ ਉਸ ਦੇ ਬਾਰੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਗੌ ਨਾਲ ਫੋਲੋਅਪ ਕਰਾਂਗੇ ਦੋ ਦੋਸ਼ੀ ਮੋਗੇ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਲੁਧਿਆਣੇ ਦਾ ਰਹਿਣ ਵਾਲਾ ਹੈ ਅਤੇ ਇੱਕ ਦੋਸ਼ੀ ਸੰਗਰੂਰ ਦਾ ਰਹਿਣ ਵਾਲਾ ਹੈ ਇਹ ਚਾਰਾਂ ਦੀ ਆਪਸ ਦੇ ਵਿੱਚ ਕਿਸ ਤਰ੍ਹਾਂ ਤਾਲਮੇਲ ਹੋਏ ਕਿਉਂਕਿ ਸਾਰਿਆਂ ਦੇ ਅਲੱਗ ਅਲੱਗ ਜ਼ਿਲ੍ਹੇ ਨੇ ਜੀ ਕਿਸ ਤਰ੍ਹਾਂ ਇੱਕ ਦੂਜੇ ਸੰਪਰਕ ਕਰੇ ਜਿਹੜਾ ਜਗਸੀਰ ਉਰਫ ਗੱਗੀ ਅਤੇ ਮਨਪ੍ਰੀਤ ਸਿੰਘ ਉਰਫ ਰੋਹਿਤ ਹੈ ਇਹ ਦੋਨਾਂ ਦੀ ਆਪਸ ਵਿੱਚ ਰਿਸ਼ਤੇਦਾਰੀ ਹੈ ਅਤੇ ਇਸ ਲੜੀ ਦੇ ਅਨੁਸਾਰ ਹੀ ਇਹ ਸਾਰੇ ਆਪਸ ਵਿੱਚ ਇਕੱਠੇ ਹੋ ਪਾਏ ਹਾਂਜੀ ਜਿਹੜੇ ਜਗਸੀਰ ਉਰਫ ਗੱਗੀ ਅਤੇ ਮਨਪ੍ਰੀਤ ਉਰਫ ਮੰਨਾ ਨੇ ਇਹਨਾਂ ਦੋਵਾਂ 'ਤੇ ਪਹਿਲਾਂ 1 FIR ਹੈ ਅਤੇ ਮਨਪ੍ਰੀਤ ਉਰਫ ਰੋਹਿਤ ਅਤੇ ਜਸ਼ਨਦੀਪ ਉਰਫ ਜੱਸੂ 'ਤੇ ਪਹਿਲਾਂ 2-2 FIR ਦਰਜ ਨੇ ਇਹ ਕਰੀਬ 22 ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿਚਕਾਰ ਇਹਨਾਂ ਦੀ ਉਮਰ ਹੈ ਇਹ ਕੋਈ ਗੈਂਗ ਨਹੀਂ ਜੀ ਇਹ ਬੇਸਿਕਲੀ ਇਹ ਪਤਾ ਚੱਲਿਆ ਹੈਗਾ ਕਿ ਜਿਵੇਂ ਇਕੱਠੇ ਹੋਏ ਨੇ ਮਤਲਬ ਗਿਰੋਹ ਇਹਨਾਂ ਨੇ ਬਣਾਇਆ ਇਸ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਅਤੇ ਇਸ ਦੇ ਵਿੱਚ ਹਾਲੇ ਤੱਕ ਸਾਨੂੰ ਪਤਾ ਚੱਲਿਆ ਕਿ 5 ਮੈਂਬਰ ਇਨਵੋਲਵਡ ਨੇ ਅਤੇ ਇਸ ਦੇ ਵਿੱਚ 1 ਜਾਂ 2 ਹੋਰ ਮੈਂਬਰਾਂ ਹੋਣ ਦਾ ਵੀ ਚਾਂਸ ਹੈਗਾ ਜਿਸ ਦੇ ਬਾਰੇ ਅਸੀਂ ਹੁਣ ਤਫਤੀਸ਼ ਵਿੱਚ ਅੱਗੇ ਵਿਚਾਰਾਂਗੇ ਕੋਈ ਵੱਡੀ ਬਾਤ ਦਾ ਸਾਹਮਣੇ ਆਈ ਹੈ ਜਿਹੜੀ ਇਹਨਾਂ ਨੇ ਹੁਣ ਤੱਕ ਕੀਤੀ ਹੋਈ ਨਹੀਂ ਇਹਨਾਂ ਦੀ ਇੰਡੀਵਿਜੁਅਲ FIR ਤਾਂ ਹੈ ਲੇਕਿਨ ਜੋ ਇਹਨਾਂ ਨੇ ਇਸ ਤੋਂ ਪਹਿਲਾਂ ਕੋਈ ਹੋਰ ਵਾਰਦਾਤ ਕੀਤੀ ਹੋਈ ਉਸ ਦੇ ਬਾਰੇ ਹੁਣ ਤਫਤੀਸ਼ ਜਾਰੀ ਹੈ